ਯੂ ਆਕਾਸ਼ਵਾਨੀ ਜੰਮੂ ਹੈ ਮਹਿਬੂਬ ਸੁਲਤਾਨੀ ਬਜਾੜ ਤੇ ਮੁਸ਼ਰਫ ਅਜ਼ੀਮ ਦੀ ਖਬਰ ਸੁਣੋ। ਪਹਿਲਾਂ ਖਾਸ ਖਾਸ ਖਬਰਾਂ ਵਰ ਇਕ ਨਜ਼ਰ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਰਾਜਿਆ ਸਭਾ ਤੋਂ ਸਬਕਦੋਸ਼ ਹੋਣ ਵਾਲਾ ਮੈਂਬਰਾਂ ਦੀ ਤਰਫੋਂ ਜਮਹੂਰੀਅਤ ਦੀ ਮਜ਼ਬੂਤੀ ਬਾਰੇ ਕਾਵਿਸ਼ਾਂ ਦੀ ਤਾਰੀਫ਼ ਕੀ ਹੈ। ਮਰਕਜ਼ੀ ਵਜ਼ੀਰ ਬਰਾਏ ਪੰਚਾਇਤੀ ਰਾਜ ਨੇ ਕਿਹਾ ਹੈ ਕਿ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਨਿਗਰਾਨੀ ਅੰਦਰ ਜ਼ਮੀਨੀ ਰਿਕਾਰਡ ਦੀ ਜਦੀਦਕਾਰੀ ਕੀ ਜਾ ਰਹੀ ਹੈ। ਪਿਛਲੇ ਤੜੇ ਸ੍ਰੀਨਗਰ ਮਾਹੁਆ ਦਹਿਸ਼ਤਗਰਦਾਨਾ ਹਮਲਾ ਮਾਂ ਜਾਨ ਗਵਾਉਣ ਵਾਲਾਂ ਦੀ ਤਾਦਾਦ 2 ਹੋ ਗਈ ਹੈ ਤੇ ਹਫਾਜ਼ਤੀ ਦਸਤਾ ਨੇ ਜੰਮੂ ਕਸ਼ਮੀਰ ਦਾ ਸੋਪੁਰ ਕਸਬਾ ਤੋਂ ਧਮਾਕਾ ਹੇਜ਼ ਮਵਾਦ ਨਾ ਬਾਜ਼ਯਾਬ ਕੀਤਾ ਹੈ। ਖਬਰਾਂ ਦੀ ਤਫਸੀਲ ਸੰਗ ਪਹਿਲਾਂ ਮੁਸ਼ਰਫ ਅਜ਼ੀਮ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਾਂਗਰਸ ਪਰ ਤੰਜ ਕਰਤਾ ਵਾ ਕਿਉ ਜੋ ਉਸ ਦੀ ਮੌਜੂਦਾ ਸਰਕਾਰ ਵਰ ਕਰਤਾ ਸੇ ਅਸੂਦ ਪੇਸ਼ ਕਰਨ ਨੂੰ ਬੇਬੁਨਿਆਦ ਹੈ ਜਿਸ ਨਾਲ ਮਾਰੀ ਸਰਕਾਰ ਕਿਸੇ ਵੀ ਫਰਕ ਪੈਣ ਤੋਂ ਬਿਨਾ ਮੁਲਕ ਦੀ ਤਰੱਕੀ ਖਾਤਰ ਕੰਮ ਕਰਦੀ ਰਹੇਗੀ। ਵੇ ਅੱਜ ਰਾਜ ਸਭਾ ਮਾ ਕੁਝ ਮੈਂਬਰਾਂ ਦੀ ਅਲਵਿਦਾਈ ਤਕਰੀਬ ਦੇ ਦੌਰਾਨ ਬੋਲ ਰਿਹਾ ਥਾ। ਉਨੇ ਕਿਹਾ ਜੋ ਗੁਜ਼ਸ਼ਤਾ 10 ਸਾਲਾਂ ਤੋਂ ਮਾਰੀ ਸਰਕਾਰ ਨੇ ਹਰ ਮੈਦਾਨ ਮਾ ਤਰੱਕੀ ਹਾਸਲ ਕੀ ਹੈ। ਉਨੇ ਸਾਬਕ ਵਜ਼ੀਰ ਆਜ਼ਮ ਡਾਕਟਰ ਮਨਮੋਹਨ ਸਿੰਘ ਜਿਹੜਾ ਜੇ ਅੱਜ ਰਾਜ ਸਭਾ ਤੋਂ ਸਬਕਦੋਸ਼ ਹੋ ਰਹੇ ਉਨ੍ਹਾਂ ਦੀ ਤਾਰੀਫ਼ ਕਰਤਾ ਵਾ ਕਿਉਂ ਜੋ ਉਨੇ ਮੁਲਕ ਦੀ ਤਰੱਕੀ ਖਾਤਰ ਇਕ ਅਹਿਮ ਰੋਲ ਅਦਾ ਕੀਤਾ ਹੈ ਜਿਹੜੋ ਜੇ ਆਉਣ ਵਾਲਾ ਵਕਤ ਮੈਂ ਯਾਦ ਰੱਖਿਓ ਜਾਗੋ। ਉਨੇ ਸਾਬਕ ਵਜ਼ੀਰ ਆਜ਼ਮ ਦੀ ਤਾਰੀਫ਼ ਕੀ ਜੇ ਉਨੇ ਜਮਹੂਰੀਅਤ ਨਾ ਮਜ਼ਬੂਤ ਬਣਾਉਣ ਦੀ ਖਾਤਰ ਆਪਣੀ ਵੀਲ ਚੇਅਰ ਵਰੋਂ ਰਾਜ ਸਭਾ ਦਾ ਚੁਣਾਵ ਮਾ ਹਿਸੋਲੀਅਤ ਹੋ। ਹਿਜ਼ਬ ਇਖਤਲਾਫ਼ ਕਾ ਰਹਿਨੁਮਾ ਮਲਿਕ ਅਰਜੁਨ ਖੜਗੇ ਨੇ ਕਿਹਾ ਜੇ ਬਿੱਲਾਂ ਨਾ ਮਨਜ਼ੂਰੀ ਦਿਲਾਉਣ ਵਾਸਤੇ ਬਹਿਸ ਹੋਣੀ ਜ਼ਰੂਰੀ ਹੈ ਜਿਹੜੀ ਜੇ ਇਕ ਮਜ਼ਬੂਤ ਜਮਹੂਰੀਅਤ ਵਾਸਤੇ ਕਾਫ਼ੀ ਅਹਿਮੀਅਤ ਰੱਖਿਆ। ਡਿਪਟੀ ਚੇਅਰਮੈਨ ਹਰੀਵੰਸ਼ ਨੇ ਵੀ ਸਬਕਦੋਸ਼ ਹੋਣ ਵਾਲਾ ਪਾਰਲੀਮਾਨ ਰੁਕਨ ਦੀ ਤਾਰੀਫ਼ ਕੀ ਤੱਕਿਓ ਜੇ ਉਨ੍ਹਾਂ ਪਾਰਲੀਮਾਨ ਦੇ ਅੰਦਰ ਅਦਾ ਕੀਆ ਗਿਆ ਕਿਰਦਾਰ ਨਾ ਯਾਦ ਰੱਖਿਓ ਜਾਗੋ। ਇਸੇ ਤਰ੍ਹਾਂ ਮਰਕਜ਼ੀ ਵਜ਼ੀਰ ਬਰਾਏ ਸਿਹਤ ਡਾਕਟਰ ਮਨਸੂਖ ਮੰਡਾਵੀਆ ਨੇ ਆਪਣੀ ਸਰਕਾਰ ਦੀ ਮੌਜੂਦਾ ਕਾਮਯਾਬੀਆਂ ਵਰ ਵੀ ਲੋਅ ਕੱਲੀ। ਉਮਾ ਤਿਰੂਸ਼ਿਵੀ ਸਿਵਾ DMK ਦਾ ਮੈਂਬਰ ਨੇ ਵੀ ਆਪਣੀ ਨੇਕ ਖਵਾਹਿਸ਼ਾਤ ਕੋ ਇਜ਼ਹਾਰ ਕੀਓ ਤੇ ਤ੍ਰਿਣਮੂਲ ਕਾਂਗਰਸ ਦਾ ਰੁਕਨ ਸੁਖਦੇਵਾ ਸ਼ੇਖਰ ਰਾਓ, BJP ਦਾ ਡਾਕਟਰ ਸੰਬਿਤ ਪਾਤਰਾ, BRS ਦਾ ਡਾਕਟਰ ਕੇਸ਼ਵ ਰਾਓ ਤੇ ਸਮਾਜਵਾਦੀ ਦਾ ਰੁਕਨ ਜੈ ਬਚਨ ਨੇ ਵੀ ਆਪਣਾ ਆਪਣਾ ਤਜਰਬਾਤ ਸਾਂਝਾ ਕੀਆ। ਦੇਹੀ ਤਰੱਕੀ ਤੇ ਪੰਚਾਇਤੀ ਰਾਜ ਬਾਰੇ ਮਰਕਜ਼ੀ ਵਜ਼ੀਰ ਗਿਰੀਰਾਜ ਸਿੰਘ ਨੇ ਅੱਜ ਕਿਹਾ ਹੈ ਜੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਰਹਿਨਮਾਈ ਅੰਦਰ ਜ਼ਮੀਨੀ ਰਿਕਾਰਡ ਦੀ ਜਦੀਦਕਾਰੀ ਕੀ ਜਾ ਰਹੀ ਹੈ ਜਿਸ ਨਾਲ ਪਹਿਲੇ ਇਤਨੀ ਅਹਿਮੀਅਤ ਨਹੀਂ ਦਿੱਤੀ ਗਈ ਸੀ। ਨਵੀਂ ਦਿੱਲੀ ਮਾ ਲੈਂਡ ਮੈਨੇਜਮੈਂਟ ਜਦੀਦਕਾਰੀ ਬਾਰੇ ਬਿਹਤਰ ਤਰੀਕਾ ਵਰ ਕੌਮੀ ਕਾਨਫਰੰਸ ਦਾ ਇਫਤਤਾਹੀ ਇਜਲਾਸ ਸੰਗ ਖਿਤਾਬ ਕਰਤਾ ਵਾ ਵਜ਼ੀਰ ਮੌਸੂਫ ਨੇ ਅਹੁਦੇਦਾਰਾਂ ਨਾਲ ਕਿਹਾ ਜੇ ਜਦੀਦੀਅਤ ਵਰ ਮਬਨੀ ਜ਼ਮੀਨੀ ਰਿਕਾਰਡ ਮਾ ਸਾਈਬਰ ਸਿਕਿਉਰਟੀ ਨੇ ਯਕੀਨੀ ਬਣਾਵੇ। ਵਜ਼ੀਰ ਮਮਲਕਤ ਬਰਾਏ ਪੰਚਾਇਤੀ ਰਾਜ ਕਪਿਲ ਮੋਰੇਸ਼ਵਰ ਪਟੇਲ ਤੇ ਵਜ਼ੀਰ ਮਮਲਕਤ ਬਰਾਏ ਦੇਹੀ ਤਰੱਕੀ ਸਾਧਵੀ ਨਿਰੰਜਨ ਜਯੋਤੀ ਫਾਗਨ ਸਿੰਘ ਕੁਲਾਸਤੇ ਵੀ ਇਸ ਮੌਕੇ ਵਰ ਮੌਜੂਦ ਥਾ। ਦੋ ਤਿਆੜਾਂ ਤੱਕ ਜਾਰੀ ਰਹਿਣ ਵਾਲੀ ਇਸ ਕਾਨਫਰੰਸ ਮਾ ਵੱਖ ਵੱਖ ਮਾਮਲਾਤ ਬਾਸ਼ਮੁਲ ਜਦੀਦੀਅਤ ਵਰ ਮਬਨੀ ਜ਼ਮੀਨੀ ਰਿਕਾਰਡ ਤੇ ਦੀਗਰ ਮਾਮਲਾਤ ਵਰ ਵੀ ਗੱਲਬਾਤ ਕੀ ਜਾਏਗੀ। ਸਰਕਾਰ ਨੇ ਅੱਜ ਲੋਕ ਸਭਾ ਮਾ ਕਰਤਾਸ ਅਬੀਜ਼ ਆਪ ਯਾਨੀ ਵਾਈਟ ਪੇਪਰ ਪੇਸ਼ ਕਰ ਗਏ। UPA ਦੀ ਦੌਰੇ ਹਕੂਮਤ ਮਾ ਮਈਸ਼ੀਤ ਦੀ ਖਸਤਾ ਹਾਲੀ ਵਰ ਲੋਕ ਕੱਲੀ। ਪਾਰਲੀਮਾਨ ਗਏ ਬਾਹਰ ਮੀਡੀਆ ਸੰਗ ਗੱਲਬਾਤ ਕਰਤਾ ਵਾ ਮਰਕਜ਼ੀ ਵਜ਼ੀਰ ਅਰਜਨ ਰਾਮ ਮੇਘਵਾਲ ਨੇ ਕਿਹਾ ਜੇ 2014 ਤੋਂ ਪਹਿਲੇ ਕਾਂਗਰਸ ਨੇ ਮੁਲਕ ਦੀ ਮਈਸ਼ੀਤ ਜਿਸ ਹਾਲ ਮਾ ਰੱਖੀ ਦੀ ਇਸ ਕੋ ਜ਼ਿਕਰ ਕਰਨ ਜ਼ਰੂਰੀ ਹੈ। ਉਨੇ ਕਿਹਾ ਜੇ ਕਰਤਾਸ ਅਬੀਜ਼ ਵਜ਼ੀਰ ਖਜ਼ਾਨਾ ਦਾ ਬਜਟ ਪੇਸ਼ ਕਰਨ ਦਾ ਇਕ ਹਿੱਸਾ ਦੇ ਤੌਰ ਪਰ ਦੇਖਿਓ ਜਾਏ। ਇਸੇ ਦੌਰਾਨ ਕਾਂਗਰਸ ਨੇ ਮੌਜੂਦਾ ਸਰਕਾਰ ਦੇ ਖਿਲਾਫ਼ ਕਰਤਾਸ ਅਸੂਦ ਪੇਸ਼ ਕਰ ਗਏ। ਸਰਕਾਰ ਵੱਲ ਇਲਜ਼ਾਮ ਲਾਇਆ ਜੇ ਇਹ ਸਰਕਾਰ ਕਿਸੇ ਵੀ ਖਾਸ ਮੁੱਦਾ ਵਰ ਗੱਲਬਾਤ ਕਰਨ ਵਰ ਰਾਜ਼ੀ ਨਹੀਂ ਹੈ। ਹਿਜ਼ਬ ਇਖਤਲਾਫ਼ ਦਾ ਰਹਿਨੁਮਾ ਨੇ ਕਿਹਾ ਜੇ ਮੌਜੂਦਾ ਸਰਕਾਰ ਦੇ ਦੌਰੇ ਹਕੂਮਤ ਮਾ ਬੇਰੋਜ਼ਗਾਰੀ ਦੀ ਸ਼ਰਾਬਦੀ ਹੈ ਜਦਕਿ ਖਰਾਬ ਮਾਇਸ਼ੀ ਬੰਦੋਬਸਤ
نوٹبندی تے جی ایس ٹی کا ناقص نفاذ ور نکتہ چینی کی انہوں نے اس گل کو بھی الزام لائے جے غیر بی جے پی ریاستاں کیرل کرناٹکا تے تلنگانہ میں یا سرکار کافی بید بھو کر رہی ہے. سینئر بی جے پی رہنما روی شنکر پرساد نے کانگریس کا کرتا سے اسود ور بولتا ہوں کہ جے یو پی اے کی دور حکومت معیشت نہ پانچ سال منازک رکھن جانور یاد رکھی جائے. انہوں نے میڈیا سنگ گل بات کرتا ہوں کہ جے بھارت آج عالمی سطح پر پنجویں بڑی معیشت بن گئی ہے. انہوں نے کہ جے کرتا سے ابیز یو پی اے کی دور حکومت کو پردو پاش کرے گی. وزیر داخلہ امیت شاہ نے اس فیصلہ کو اعلان کرتا ہوں کہ جے بھارت تے میانمار بشکار تحریک کے نظام نہ ملک کی سلامتی صورتحال تے شمال مشرقی ریاستوں کی حفاظتی صورتحال نہ دیکھتا ہوں ختم کر دیتو ہے. انہوں نے سماجی میڈیا پر ایک پوسٹ کرتا ہوں کہ جے خارجہ معاملات کا وزارت اس نہ ختم کرن بارے کم کر رہی ہے جس نہ وزارت داخلہ نے جلدی ختم کرن بارے بھی ہدایت جاری کی ہیں. تکیو جے وزیر اعظم نریندر مودی اپنی ملک کی سرحد نال جڑیا کسی بھی معاملہ نہ حل کرن ور تیار ہیں. اطلاعات و نشریات کا وزیر انوراگ سنگھ ٹھاکر نے کہو جب وزیر اعظم نریندر مودی کی سرکار نے کسانوں کی فلاح بہبود تے ایم جی نریگا نال منسلک کم کرنے والوں کی اجرت نہ بھی بڑھا دیتو ہے. وہ آج لوک سبھا میں وقفہ سوالات کا جواب میں بول رہا تھا. ان نے کہو جے سرکار نے ایم جی نریگا کو بجٹ بڑھا گئے 1,10,000 کروڑ کر دیتو ہے تے کسانوں نے 2,80,000 کروڑ روپیہ پی ایم کسان سمان ندھی اسکیم کے تحت مہیا کرایا جائے گا. ان نے کہو جے کسانوں کی بہتری خاطر ایم ایس پی نہ بھی بڑھا دیتو ہے. سماجی انصاف تا باختیاری کا وزیر ڈاکٹر وریندرا کمار نے آج مجازی طور پر نشہ مخالف اکتالوی سہولیت کو افتتاح کیو جن میں اے ٹی ایف سانبا تا ضلع ہسپتال سانبا بھی شامل ہیں. سرکاری اے ٹی ایف ضلع ہسپتال سانبا کا افتتاح کے دوران ضلع ترقیاتی کمشنر سانبا ابھیشیک شرما بھی موجود تھا. اسی دوران انہوں نے کہو جے منشیات کی عادت لگنو ملک کے سامنے ایک بڑی للکار ہے جس کو ملک کا نوجوانوں کی زندگی پر بڑو ماڑو اثر پی رہا ہے. اس موقع پر بولتا ہوں ڈی سی سانبا ابھیشیک شرما نے اس طرح کیو نشہ مکت بھارت ابھیان میں جتنے بھی لوگ نشے کی سمسیا سے گرست ہیں ان کے لیے ابھی تک ٹریٹمنٹ کی فیسلٹی نہیں تھی ڈسٹرکٹ لیول پہ, تو اسی چیز کو سٹارٹ کرنے کے لیے تاکہ وہ جو میڈیکل ٹریٹمنٹ ہے وہ ایک سچارو روپ سے چلے جس سے جو ڈرگ ایڈکٹ ہیں ان کا پورن طریقے سے علاج کیا جا سکے اور اس کا فالو اپ بھی لیا جا سکے. تو یہ خبر تم آکاشوانی جموں سے سن رہے ہیں. خبروں کا باقی شمارا سنگ محبوب سلطانی. پچھلے دڑے سری نگر کا علاقہ ہوا کدل ماں ہوا دہشت گردانہ حملہ ماں جان گوان والا کی تعداد 2 ہو گئی ہے. ذرائع کے مطابق گزشتہ دڑے دہشت گردہ نے پنجاب کا بسنے کی امرت پال سنگھ تے روہت مسیح پر حملوں کیے تھو جس کا نتیجہ ماں امرت پال پچھلے دڑا ہی انتقال کر گئے تھو جبکہ روہت مسیح بری طرح زخمی ہو گئے تھو. تاہم آج سویرے روہت مسیح زخم کی تاب نہ لاتا ماں سری نگر کا ایک ہسپتال ماں دم توڑ بیٹھو. اس طرح دہشت گردہ کی طرفوں عام لوکا نہ نشانو بنان کو اس سال پہلو واقعہ پیش آیو ہے. لیفٹیننٹ گورنر منوج سنہا نے عام شہریوں پر ہوا دہشت گردانہ حملہ کی کڑا الفاظہ میں مذمت کی ہے. اس ضمن میں حفاظتی دستوں کی طرفوں علاقہ کی گھیرا بندی کر گئے تلاشی کاروائی شروع کر دیتی گئی. بھارتیہ جنتا پارٹی کا رہنما الطاف ٹھاکر نے سری نگر میں ہوا دہشت گردانہ حملہ کو ذمہ دار پاکستان نہ ٹھہرایا ہے. انہوں نے کہا ہے کہ پاکستان کشمیر میں امن ہون پر خوش نہیں ہے اور اس کی طرفوں معصوم لوکا نہ نشانوں بنائے جا رہے ہیں. سابق وزیر اعلی غلام نبی آزاد نے 2 عام شہریوں کی ہلاکت پر دکھ ہوئے اظہار کیا ہے اور انہوں نے اس حملہ کی مذمت بھی کی ہے. دہشت گردانہ حملہ کی مذمت کرتا ہوں نیشنل کانفرنس کا رہنما فاروق عبداللہ تے عمر عبداللہ نے متاثر کنبا سنگ تازگیت کو بھی اظہار کیا ہے. حفاظتی دستہ نے آج شمالی کشمیر کا سوپور قصبہ تی دھماکہ خیز مواد برامد کیا ہے. پولیس ذرائع کے مطابق سوپور قصبہ کی کرک شیون کالونی میں کار بچو یہ دھماکہ خیز مواد برامد کیا گیا. تے منے جا رہے ہو جے اس مواد نہ آئی ای ڈی بنان خاطر استعمال کیا جانو تھو.
ਪੁਲਿਸ ਨੇ ਦਸਿਆ ਹੈ ਜੋ ਜੰਮੂ ਕਸ਼ਮੀਰ ਪੁਲਿਸ 52 ਰਾਸ਼ਟਰੀ ਰਾਈਫਲ ਤੇ CRPF ਦੀ ਤਰਫੋਂ ਸਾਂਝਾ ਤੌਰ ਪਰ ਇਕ ਤਲਾਸ਼ੀ ਕਾਰਵਾਈ ਦੇ ਦੌਰਾਨ ਰਾਸ਼ਟਰੀ ਰਾਸ਼ਦ ਨਾਜਰ ਕਰੂ ਇਸ ਧਮਾਕਾ ਹੈਜ ਮਵਾਦ ਨਾ ਬਰਾਮਦ ਕੀਓ ਹੈ, ਜਿਸਮਾ IED ਇਕ ਜੰਗ ਅਲੂਦਾ ਪਿਸਤੌਲ ਮੈਗਜ਼ੀਨ ਔਰ SLR ਤੇ AK-47 ਪਿਸਤੌਲ ਗੋਲੀ ਸਿੱਕੋ ਬਰਾਮਦ ਕੀਓ ਹੈ। ਦਸਿਆ ਜਾ ਰਿਹਾ ਹੈ ਜੇ ਰਾਸ਼ਦ ਨਾਜਰ ਮਾਰੇ ਵੋ ਦਹਿਸ਼ਤਗਰਦ ਕਯੂਮ ਨਾਜਰ ਕੋ ਪਾਈ ਹੈ। ਪੁਲਿਸ ਤੇ ਹਫਾਜ਼ਤੀ ਏਜੰਸੀਆਂ ਦੀ ਤਰਫੋਂ ਇਸ ਬਾਜ਼ਯਾਬੀ ਨਾ ਕਸਬਾ ਦੇ ਅੰਦਰ ਅਮਨ ਓ ਅਮਾਨ ਬਹਾਲ ਕਰਨ ਵਾਸਤੇ ਇਕ ਬੜੀ ਕਾਮਯਾਬੀ ਦਾ ਤੌਰ ਪਰ ਦੇਖਿਓ ਜਾ ਰਿਹਾ ਹੈ। ਭਾਰਤੀ ਜ਼ਰਾਤ ਬਾਰੇ ਤਹਿਕੀਕੀ ਕੌਂਸਲ ਦਾ ਡਿਪਟੀ ਡਾਇਰੈਕਟਰ ਜਨਰਲ ਡਾਕਟਰ ਊਧਮ ਸਿੰਘ ਗੌਤਮ ਨੇ ਜ਼ਿਲ੍ਹਾ ਰਿਆਸੀ ਦਾ ਕਡਮਾਲ ਖੇਰਾਲ ਤੇ ਕੋਠੀਆਂ ਗਰਾਂ ਕੋ ਦੌਰੋ ਲਾ ਗਏ, ਉਤ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀ ਹੈ। ਇਸ ਜ਼ਮਨ ਮਾ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਰਗਰਮੀਆਂ ਕੋ ਜਾਇਜ਼ੋ ਵੀ ਲਿਓ। ਇਸ ਦੌਰਾ ਦੇ ਦੌਰਾਨ ਕਿਸਾਨਾਂ ਨਾਲ ਗੱਲ ਕਰਤਾ ਵਾ ਉਨ੍ਹਾਂ ਨੇ ਇਸ ਤਰ੍ਹਾਂ ਕਿਹਾ। ਇਹ ਮਹਿਲਾ ਗਰੁੱਪ ਮੁਝੇ ਲਗਤਾ ਹੈ ਕਿ ਬਹੁਤ ਜਲਦੀ ਨੈਸ਼ਨਲ ਲੈਵਲ ਪਰ ਬਹੁਤ ਬੜਾ ਆਰਗਨਾਈਜੇਸ਼ਨ ਹੋਗਾ ਔਰ ਇਨਕਾ ਜੋ ਪ੍ਰੋਡਕਟ ਹੋਗਾ ਉਹ ਆਪਣੇ ਦੇਸ਼ ਮੇ ਨਹੀਂ ਵਿਦੇਸ਼ ਮੇ ਵੀ ਐਕਸਪੋਰਟ ਹੋਗਾ। ਉਸਕੇ ਲਈ ਜੋ ਇਨਕੀ ਕੈਪੇਸਿਟੀ ਬਿਲਡਿੰਗ ਕਾ ਪ੍ਰੋਗਰਾਮ ਹੈ ਵਹ ਭਾਰਤੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ ਉਸਕੋ ਸਪਾਂਸਰ ਕਰੇਗੀ। ਕਹੀਂ ਵੀ ਜਾਣਾ ਹੋਗਾ ਇਨਕੋ ਟ੍ਰੇਨਿੰਗ ਕੇ ਲਿਏ ਯਾ ਕਹੀਂ ਵੀ ਇਨਕੋ ਵਿਜਿਟ ਕਰਨਾ ਹੈ ਕਿ ਦੇਖੇ ਕੈਸੇ ਹਮਾਰਾ ਜੋ ਪ੍ਰੋਡਕਟ ਹੈ ਵਹ ਬੈਸਟ ਕੁਆਲਿਟੀ ਕਾ ਹੋ ਔਰ ਇਸ ਸਾਲ ਆਪ ਦੇਖੇ ਹੋਗੇ ਕਿ ਜੋ ਹਮਾਰੇ ਪ੍ਰਧਾਨ ਮੰਤਰੀ ਜੀ ਨੇ ਨਾਰੀ ਸ਼ਕਤੀ ਕਾ ਨਾਮ ਦਿਆ ਹੁਆ ਇਸ ਸਾਲ 26 ਜਨਵਰੀ ਵਹ ਪੂਰਾ ਮਹਿਲਾਓਂ ਕੋ ਹੀ ਕਮਾਂਡੈਂਟ ਥੀ ਸਾਰੇ ਪ੍ਰੋਗਰਾਮ ਮੇ। ਸਰਸ ਆਜੀਵਿਕਾ ਕੋ ਦੂਜੋ ਸਮਾਰੋਹ ਇਸ ਮਹੀਨਾ ਦੀ 10 ਤਾਰੀਖ ਨਾ ਵਾਇਬ੍ਰੈਂਟ ਅਕਿਓਪਲੈਕਸ ਕਰਾਉਣ ਬਾਗੇ ਬਹੁ ਜੰਮੂ ਮਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸਕੋ ਇਨਕਾਦ ਜੰਮੂ ਕਸ਼ਮੀਰ ਦਹੀ ਰੋਜ਼ਗਾਰ ਮਿਸ਼ਨ ਦੀ ਤਰਫੋਂ ਕੀਓ ਜਾਏਗੋ ਔਰ ਦਹੀ ਤਰੱਕੀ ਤੇ ਪੰਚਾਇਤੀ ਰਾਜ ਮਹਿਕਮਾ ਦੀ ਨਿਗਰਾਨੀ ਮਾ ਇਸ ਨਾ ਮੁਨਕਦ ਕੀਓ ਜਾਏਗੋ। 10 ਰੋਜ਼ ਤੋੜੀ ਜਾਰੀ ਰਹਿਣ ਵਾਲਾ ਇਸ ਪ੍ਰੋਗਰਾਮ ਮਾ ਮਕਾਮੀ ਵਿਰਸਾ ਸਕਾਫਤ ਫਨ ਵਗੈਰਾ ਕੋ ਮੁਜ਼ਾਹਰੋ ਕੀਓ ਜਾਏਗੋ, ਜਿਸਕੋ ਮਕਸਦ ਦਹੀ ਇਲਾਕਾ ਦੀ ਆਪਣੀ ਮਦਦ ਆਪ ਗਰੁੱਪ ਦੀ ਕਾਲਚਰੀਆਂ ਨਾਲ ਆਪਣੋ ਹੁਨਰ ਤੇ ਮਸਨੂਆਤ ਪੇਸ਼ ਕਰਨ ਬਾਰੇ ਮੌਕਾ ਫਰਾਹਮ ਕਰਨੋ ਹੈ। ਅਖੀਰ ਮਾ ਖਾਸ ਖਾਸ ਖਬਰ ਇਕ ਵਾਰੀ ਫਿਰ, ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਰਾਜ ਸਭਾ ਤੋਂ ਸਬਕਦੋਸ਼ ਹੋਣ ਵਾਲਾ ਮੈਂਬਰਾਂ ਦੀ ਤਰਫੋਂ ਜਮਹੂਰੀਅਤ ਦੀ ਮਜ਼ਬੂਤੀ ਬਾਰੇ ਕਾਵਸ਼ਾਂ ਦੀ ਤਾਰੀਫ ਕੀ ਹੈ। ਮਰਕਜ਼ੀ ਵਜ਼ੀਰ ਬਰਾਏ ਪੰਚਾਇਤੀ ਰਾਜ ਨੇ ਕਿਹਾ ਹੈ ਜੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਨਿਗਰਾਨੀ ਅੰਦਰ ਜ਼ਮੀਨੀ ਰਿਕਾਰਡ ਦੀ ਜਦੀਦਕਾਰੀ ਕੀ ਜਾ ਰਹੀ ਹੈ। ਪਿਛਲੇ ਤਿਹਾੜਾ ਸ੍ਰੀਨਗਰ ਮਾ ਹੋਇਆ ਦਹਿਸ਼ਤਗਰਦਾਨਾ ਹਮਲਾ ਮਾ ਜਾਨ ਗੰਵਾਣ ਵਾਲਿਆਂ ਦੀ ਤਾਦਾਦ 2 ਹੋ ਗਈ ਹੈ ਤੇ ਹਫਾਜ਼ਤੀ ਦਸਤਾ ਨੇ ਜੰਮੂ ਕਸ਼ਮੀਰ ਦਾ ਸੋਪੁਰ ਕਸਬਾ ਤੋਂ ਧਮਾਕਾ ਹੇਜ਼ ਮਵਾਦ ਨਾਲ ਬਾਜ਼ਯਾਬ ਕੀਤਾ ਹੈ। ਇਸ ਕੇ ਨਾਲ ਹੀ ਗੋਜਰੀ ਖਬਰਾਂ ਕੋ ਬੁਲੇਟਿਨ ਖਤਮ ਹੋ।